ਸਾਰੇ ਜ਼ਮੀਦਾਰ ਭਰਾਵਾਂ ਨੂੰ ਮੇਰੇ ਵੱਲੋਂ ਸਲਾਮ ਅਲੈਕੁਮ ਤੇ ਸਾਰਿਆਂ ਨੂੰ ਇੱਕ ਮਸ਼ਵਰਾ ਹੈ ਕਿ ਸਾਰੇ ਜ਼ਮੀਦਾਰ ਆਪਣੀ ਗੰਧਮ ਨੂੰ ਸੇਲ ਨਾ ਕਰਨ ਓਨੀ ਦੇਰ ਸੇਲ ਨਾ ਕਰਨ ਜਿੰਨੇ ਦੇਸ ਕੇ ਸਾਰੇ ਗਰੀਬ ਲੋਕ ਖੁਦਕੁਸ਼ੀਆਂ ਕਰਕੇ ਮਰਨਾ ਨਾ ਜਾਣ ਓਨੀ ਦੇਰ ਤੱਕ ਤੁਸੀਂ ਆਪਣੀ ਗੰਧਮ ਨੂੰ ਸੇਲ ਨਾ ਕਰੋ ਤਾਂ ਕਿ ਉਸ ਤੋਂ ਬਾਅਦ ਕਿ ਅਮਲ ਨਾਲ ਤੁਹਾਡਾ ਇੱਕ ਵੱਡਾ ਸਾਰਾ ਨਾਮ ਲੱਗੇ ਜੀ ਫਲਾਣਾ ਜ਼ਮੀਦਾਰ ਜਨਮੀ ਹੈ ਜੀ ਜਿਨੇ ਆਪਣੀ ਕੰਗੰਦਮ ਦਾ ਜ਼ਹੀਰਾ ਕੀਤਾ ਜ਼ਹੀਰਾ ਕਰਕੇ ਜਨਾਬ ਉਹਨੇ ਬੜਾ ਪੈਸਾ ਕਮਾ ਲਿਆ ساری ਰਾਤ ਜਦੋਂ ਬਾਰਸ਼ਾਂ ਪੈਂਦੀਆਂ ਨੇ ਛੱਤ ਤੇ ਚੜੜ ਚੜ ਕੇ ਮੌਲਵੀ ਡੇੜੀਆਂ ਤਿੰਨ ਤਿੰਨ ਕਿੱਠਾ ਲੰਬੀਆਂ ਮੌਲਵੀ ਦਾੜੀਆਂ ਵਾਲੇ ਅਜ਼ਾਨਾ ਦੇਂਦੇ ਨੇ ਯਾ ਅੱਲਾ ਪਾਕ ਕਿ ਬਾਰਿਸ਼ ਪੱਕਾ ਬੰਦ ਕਰ ਦੇ ਯਾ ਅੱਲਾ ਪਾਕ ਅਸੀਂ ਡੁੱਬ ਗਏ ਯਾ ਅੱਲਾ ਪਾਕ ਅਸੀਂ ਮਰ ਗਏ ਯਾ ਅੱਲਾ ਪਾਕ ਅਸੀਂ ਨੂੰ ਇਹ ਹੋ ਗਿਆ ਉਹ ਹੋ ਗਿਆ ਰਾਤ ਨੂੰ ਛੱਤਾਂ ਤੇ ਚੜ ਕੇ ਅਜ਼ਾਨਾ ਦੇਂਦੇ ਨੇ ਤੇ ਸਾਰਾ ਦਿਨ ਡਿੱਡ ਲੰਮੀ ਦਾੜੀ ਰੱਖ ਕੇ ਲੋਕਾਂ ਨੂੰ ਲੁੱਟਦੇ ਰਹਿੰਦੇ ਨੇ ਉਹਨਾਂ ਨੂੰ ਆਪਣੇ ਆਪ ਇਹਨਾਂ ਖਿਆਲ ਨਹੀਂ ਆਂਦਾ ਕਿ ਜਿਹੜੀ ਚੀਜ਼ ਸਾਨੂੰ ਸਸਤੀ ਮਿਲੀ ਸੀ ਉਹਨੂੰ ਸਸਤਾ ਸੇਲ ਕਰੀਏ ਸਸਤਾ ਸੇਲ ਕਰਕੇ ਅਸੀਂ ਆਪਣੇ ਮਨਸਬਜਾ ਪ੍ਰੇਫਿਟ ਕਮਾਈਏ ਲੇਕਿਨ ਇਹ ਕੀ ਕਰਦੇ ਨੇ ਜਨਾਬ 8000 ਟੋੜਾ ਲੈ ਕੇ 14000 ਟੋੜਾ ਵੇਚਦੇ ਨੇ ਤੇ ਡੇ 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 ਵੱਡੇ ਕੱਢਣ ਜਿਵੇਂ ਬੜੇ ਪਤਾ ਨਹੀਂ ਕਿ ਬੜੇ ਇਹ ਹਾਜੀ ਨਮਾਜ਼ੀ ਪੰਜਵਕੇ ਦੇ ਨਮਾਜ਼ੀ ਨੇ ਤੇ ਇੱਕ ਨੰਬਰ ਦੇ ਲੰਨਤੀ ਲੋਕ ਨੇ ਜਿਹੜੇ ਖਾਨ ਪੀਂਦੀ ਚੀਜ਼ਾਂ ਦਾ ਜ਼ਖੀਰਾ ਕਰਦੇ ਨੇ